ਇਹ ਨਰਿੰਦਰ ਮੋਦੀ ਦੀਆਂ ਸੱਜੀਆਂ ਤੇ ਖੱਬੀ ਬਾਹ ਆ, ਸੱਜੀ ਨੇ ਖੱਬੀ ਬਾਹ ਨਰਿੰਦਰ ਮੋਦੀ ਦੀ ਇਸ ਸਮੇਂ। ਇੱਕ ਇੰਡੀਆ ਦਾ ਹੋਮ ਮਿਨਿਸਟਰ ਅਮਿਤ ਸ਼ਾਹ ਤੇ ਦੂਸਰਾ ਇੱਥੇ ਦਾ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ। ਇਹਨਾਂ ਬੰਦਿਆਂ ਨੇ, ਇੱਕ ਬੰਦਾ ਜਿਹੜਾ ਆ ਉਹ ਪਾਰਲੀਮੈਂਟ ਦੇ ਵਿੱਚ ਖਲੋ ਕੇ ਬੋਲਦਾ ਬੰਦੀ ਸਿੰਘ ਈਨ ਮੰਨਣ ਤੇ ਫਿਰ ਛੱਡਾਂਗੇ, ਠੀਕ ਹੈ ਜੀ। ਤੇ ਦੂਸਰਾ ਬੰਦਾ ਪਿੱਛੇ ਰਹਿ ਕੇ ਕੰਮ ਕਰਦਾ, ਜਿਹੜੇ ਸਾਡੇ ਯੋਧੇ ਮਾਰੇ ਜਾ ਰਹੇ ਆ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਐਲੀਮੀਨੇਟ ਕੀਤਾ ਜਾ ਰਿਹਾ, ਸਿਕਿਉਰਿਟੀ ਦੇ ਨਾਵਾਂ ਦੇ ਉੱਤੇ ਖਤਮ ਕੀਤਾ ਜਾ ਰਿਹਾ, ਦੂਸਰਾ ਬੰਦਾ ਉਹਨਾਂ ਦੀ ਸਾਰੀ ਟੀਮ ਨੂੰ ਹੈੱਡ ਕਰਦਾ ਹੈ। ਇਹਨਾਂ ਬੰਦਿਆਂ ਨੂੰ ਸਾਡੇ ਕਿਸੇ ਦੀ ਜਾਨ ਦੀ ਕਦਰ ਨਹੀਂ, ਇਹਨਾਂ ਬੰਦਿਆਂ ਨੂੰ ਸਾਡੇ ਬੰਦੀ ਸਿੰਘਾਂ ਦੀ ਕਦਰ ਨਹੀਂ, ਤੇ ਜਿਹੜੇ ਬੰਦਿਆਂ ਨੂੰ ਸਾਡੀ ਕਦਰ ਨਹੀਂ, ਸਾਡੇ ਹੱਕਾਂ ਦੀ ਕਦਰ ਨਹੀਂ, ਸਾਡੇ ਬੰਦੀ ਸਿੰਘਾਂ ਦੀ ਕਦਰ ਨਹੀਂ, ਤੇ ਇੱਥੋਂ ਤੱਕ ਕਿ ਸਾਡੀਆਂ ਜਾਨਾਂ ਦੀ ਕਦਰ ਨਹੀਂ ਨਾ, ਉਹਨਾਂ ਦੀ ਕਦਰ ਸਾਨੂੰ ਵੀ ਨਹੀਂ ਹੈਗੀ। ਇਹਨਾਂ ਸਾਰੇ ਬੰਦਿਆਂ ਨੂੰ ਤਾਕਤ ਭਾਰਤੀ ਸੰਵਿਧਾਨ ਦਿੰਦਾ ਆ, ਔਰ ਅਸੀਂ ਇਸ ਸੰਵਿਧਾਨ ਨੇ ਜਿਹਦੇ ਵਿੱਚ ਸਾਡੀ ਪਹਿਚਾਣ ਨਹੀਂ, ਜਿਹਦੇ ਵਿੱਚ ਸਾਡਾ ਕੋਈ ਅਧਿਕਾਰ ਹੀ ਨਹੀਂ, ਤੇ ਯਾਰ ਉਹੋ ਜਿਹੇ ਸੰਵਿਧਾਨ ਨੂੰ ਅਸੀਂ ਚੱਟਣਾ ਆ। ਸਾਡੇ ਲਈ ਇਹ ਸੰਵਿਧਾਨ ਕੋਈ ਮਾਇਨੇ ਨਹੀਂ ਰਖਾਉਂਦਾ। ਜਿਹੜੀ ਚੀਜ਼ ਨੇ ਸਾਨੂੰ ਕੁਝ ਦਿੱਤਾ ਹੀ ਨਹੀਂ ਅਜੇ ਤੱਕ, ਜਿਹੜੇ ਸੰਵਿਧਾਨ ਨੇ ਥਾਂ ਥਾਂ ਤੇ ਸਿਰਫ ਸਾਨੂੰ ਲੁੱਟਿਆ ਤੇ ਕਸੁੱਟਿਆ ਆ ਤੇ ਸਾਡੀ ਪਹਿਚਾਣ ਖੋਈ ਆ, ਉਸ ਸੰਵਿਧਾਨ ਵਾਲੇ ਦਿਨ ਨੂੰ ਮਨਾਉਣਾ ਸਾਡੇ ਲਈ ਕਿੱਥੋਂ ਦੀ ਮਤਲਬ ਸਾਡੀ ਸਿਆਣਪ ਹੈ। ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੱਦੇ ਤੇ ਇੱਥੇ ਪਹੁੰਚੇ ਪੰਜਾਬ ਦੇ ਇਨਸਾਫ ਪਸੰਦ ਹਰ ਇੱਕ ਸਰੀਰ ਨੂੰ ਮੈਂ ਫਤਿਹ ਅਰਜ ਕਰਦਾ ਜੀ। ਫਤਿਹ ਦਾ ਜਵਾਬ ਗੱਜ ਵੱਜ ਕੇ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾ ਇੱਕ ਕਹਾਵਤ ਆ ਪੰਜਾਬੀ, ਜੇ ਤੁਸੀਂ ਆਮ ਹੀ ਸਾਰਿਆਂ ਨੇ ਸੁਣੀ ਆ, ਵੀ ਬੇਗਾਨੀ ਸ਼ਾਦੀ ਚ ਅਬਦੁੱਲਾ ਦਿਵਾਣਾ। ਮਤਲਬ ਉਹਦਾ ਪੰਜਾਬੀ 'ਚ ਇਹ ਆ ਵੀ ਤੁਸੀਂ ਬੇਗਾਨੇ ਵਿਆਹਾਂ ਦੇ ਵਿੱਚ ਨੱਚਦੇ ਫਿਰੋ ਨਾ, ਦੀਵਾਨੇ ਹੋ ਕੇ ਆ ਉੱਦਾਂ ਹੀ ਮਸਤੀ ਦੇ ਨਾਲ ਨੱਚਦੇ ਫਿਰੋ, ਅਤੇ ਉਹਦਾ ਮੁੱਲ ਕੋਈ ਨਹੀਂ ਹੁੰਦਾ। 26 ਜਨਵਰੀ ਸਾਡੇ ਲਈ ਬੇਗਾਨੀ ਆ। ਮੈਂ ਆਪਣੇ ਉਹਨਾਂ ਲੋਕਾਂ ਨੂੰ ਕਹਿਣ ਡਿਆ ਜਿਹੜੇ ਪੰਜਾਬੀ ਦੇ ਸਿੱਖ ਭਰਾ ਨੇ, ਅਤੇ ਉਹ ਅੱਜ ਦੇ ਦਿਨਾਂ ਦੇ ਵਿੱਚ ਤਿਰੰਗੇ ਚੜ੍ਹਾਉਂਦੇ ਫਿਰਦੇ ਆ ਅਤੇ ਵਧਾਈਆਂ ਭੇਜਦੇ ਫਿਰਦੇ ਆ। ਨਾ ਇਹ 26 ਜਨਵਰੀ ਸਾਡੀ ਆ, ਨਾ ਇਹ ਤਿਰੰਗਾ ਸਾਡਾ, ਅਤੇ ਨਾ ਇਹ ਦਿਨ ਸਾਡਾ ਹੈ, ਅਤੇ ਜਿਹੜਾ ਦਿਨ ਸਾਡਾ ਨਾ ਹੋਵੇ ਉਹਨੂੰ ਮਨਾਉਣਾ ਵੀ ਨਹੀਂ ਚਾਹੀਦਾ। ਕੋਈ ਜ਼ਮੀਨ ਆ, ਕੋਈ ਜਾਇਦਾਦ ਆ, ਯਾਰ ਅਸੀਂ ਆਪਣੇ ਆਮ ਘਰਾਂ ਦੇ ਵਿੱਚ ਵੇਖਦੇ ਹਾਂ, ਜਿਹੜੀ ਸਾਡੀ ਜਿੱਤੇ ਮਾਲਕੀਅਤ ਹੀ ਹੈ ਨਹੀਂ, ਜਿਹਦੇ 'ਤੇ ਸਾਡਾ ਹੱਕ ਹੀ ਹੈ ਨਹੀਂ, ਜਿੱਥੋਂ ਸਾਨੂੰ ਮਿਲਦਾ ਹੀ ਕੁਝ ਨਹੀਂ, ਉੱਥੇ ਭਾਵੇਂ ਕੋਈ 7 ਮੰਜ਼ਲੀ ਮਹਿਲ ਪਾਲੇ ਅਤੇ ਸਾਡੇ ਘਰਾਂ ਦੇ ਵਿੱਚ ਰੋਟੀ ਨਹੀਂ ਪੱਕਦੀ, ਅਤੇ ਭਾਵੇਂ ਉਹ ਜ਼ਮੀਨ ਬੰਜਰ ਹੋ ਜਾਵੇ ਅਤੇ ਸਾਡੀ ਜੇਬ 'ਚ ਰੁਪਈਆ ਨਹੀਂ ਜਾਂਦਾ, ਇੱਦਾਂ ਹੀ ਹੁੰਦਾ। ਕੋਈ ਐਸੀ ਜ਼ਮੀਨ ਜਿਹੜੀ ਸਾਡੀ ਹੈ ਹੀ ਨਹੀਂ, ਮੰਨ ਲਓ ਆ ਇੱਥੇ ਆ ਥਾਂ ਪਿਆ ਆ, ਆ ਇੱਥੇ ਕਿਸੇ ਨੇ ਝੁੱਗੀ ਪਾਈ ਆ ਅਤੇ ਉਹਦੇ ਨਾਲ ਸਾਡੀ ਬਰਬਾਦੀ ਨਹੀਂ, ਇੱਧਰ ਕਿਸੇ ਨੇ ਮੌਲ ਛੱਤਿਆ ਆ ਅਤੇ ਉਹਦੇ ਨਾਲ ਸਾਡੀ ਜੇਬ ਦੇ ਵਿੱਚ ਕੋਈ ਵਾਧਾ ਨਹੀਂ ਹੁੰਦਾ। ਇਵੇਂ ਹੀ ਇਹ 26 ਜਨਵਰੀ ਦੇ 15 ਅਗਸਤ ਨੇ, ਜਿਹੜੀ ਚੀਜ਼ ਨੇ ਸਾਨੂੰ ਕੁਝ ਦਿੱਤਾ ਹੀ ਨਹੀਂ ਅਜੇ ਤੱਕ, ਜਿਹੜੇ ਸੰਵਿਧਾਨ ਨੇ ਥਾਂ ਥਾਂ ਤੇ ਸਿਰਫ ਸਾਨੂੰ ਲੁੱਟਿਆ ਤੇ ਕਸੁੱਟਿਆ ਆ ਤੇ ਸਾਡੀ ਪਹਿਚਾਣ ਖੋਈ ਆ, ਉਸ ਸੰਵਿਧਾਨ ਵਾਲੇ ਦਿਨ ਨੂੰ ਮਨਾਉਣਾ ਸਾਡੇ ਲਈ ਕਿੱਥੋਂ ਦੀ ਮਤਲਬ ਸਾਡੀ ਸਿਆਣਪ ਹੈ। ਸੋ ਤੁਸੀਂ ਜਿੰਨੇ ਲੋਕ ਇੱਥੇ ਬੈਠੇ ਹੋ ਉਹ ਸਿਆਣੇ ਲੋਕ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਹੈ ਕਿ ਇਹ ਦਿਨ ਸਾਡੇ ਨਹੀਂ ਗੇ। ਸਮਾਂ ਸੀਮਤ ਹੈ, ਮੈਂ ਸਮਝਦਾ, ਮੈਂ ਆਪਣੀ ਗੱਲ ਦੇ ਉੱਤੇ ਆਵਾਂ। ਹਰ ਸਾਲ ਸੰਵਿਧਾਨਕ ਰੂਪ ਦੇ ਵਿੱਚ ਸਾਡੇ ਉੱਤੇ ਹੋ ਰਹੀਆਂ ਬੇਇਨਸਾਫੀਆਂ ਦੀ ਲਿਸਟ ਵੱਧਦੀ ਜਾਂਦੀ। ਇਹ 1947 ਤੋਂ ਤੁਰੀ, 1950 ਦੇ ਵਿੱਚ ਕਲਮ ਬੰਦ ਹੋਈ ਅਤੇ ਅੱਜ 2024 74 ਸਾਲ ਹੋ ਗਏ ਨੇ, ਇਹਨਾਂ ਦੀ ਲਿਸਟ ਦਿਨਾਂ ਦਿਨ ਵੱਧਦੀ ਜਾਂਦੀ। ਪਹਿਲੇ 5-7 ਸਾਲ ਅੱਜ ਤੋਂ ਪਹਿਲਾਂ ਮੈਂ ਵੇਖਿਆ ਜਦੋਂ ਅਸੀਂ ਬੇਇਨਸਾਫੀਆਂ ਦੀ ਲਿਸਟ ਬਣਾਉਂਦੇ ਇਹਨਾਂ ਤੇ ਮਤਲਬ ਹੁੰਦੀਆਂ ਤੇ ਕਾਫ਼ੀ ਉਹਦੇ 'ਚ ਵੀ, ਮੈਨੂੰ ਯਾਦ ਹੈ ਜਦੋਂ ਪੰਜਾਬ ਦਾ ਅਸੀਂ 50 ਸਾਲ ਦਾ ਛਾਪਿਆ ਉਹ 'ਚ 50 ਘੱਟੋ ਘੱਟ ਅਸੀਂ ਗਣਾਇਆ ਵੀ ਆਹ ਤਾਂ ਸੰਵਿਧਾਨਕ ਰੂਪ ਦੇ ਵਿੱਚ ਸਾਡੇ 'ਤੇ ਬੇਇਨਸਾਫੀਆਂ ਹੋ ਗਈਆਂ ਨੇ, ਪਰ ਹਰ ਸਾਲ ਇਹ ਵੱਧਦੀਆਂ ਨੇ। ਇਸ ਵਾਰ ਮੈਂ ਸਿਰਫ ਇਸੇ ਸਾਲ ਦੀ ਗੱਲ ਕਰਨੀ ਆ, ਪਿਛਲੀਆਂ ਜਿਹੜੀਆਂ ਵਧੀਆਂ ਉਹਨਾਂ ਦੀ ਗੱਲ ਨਹੀਂ ਕਰਨੀ। ਸਭ ਤੋਂ ਪਹਿਲੀ ਬੇਇਨਸਾਫੀ ਜਿਹੜੀ ਸੰਵਿਧਾਨਕ ਰੂਪ ਦੇ ਵਿੱਚ ਸਾਡੇ 'ਤੇ ਇਸ ਸਾਲ ਵਾਪਰੀ, ਉਹ ਆ ਸਾਡੇ ਬੰਦੀ ਸਿੰਘਾਂ ਨੂੰ ਅਜੇ ਤੱਕ ਜਿਹੜਾ ਜੇਲ੍ਹਾਂ ਦੇ ਵਿੱਚ ਰੱਖਿਆ, ਅਤੇ ਸਾਡੇ ਲੋਕ ਇਸ ਭੁਲੇਖੇ 'ਚ ਨੇ ਵੀ ਸ਼ਾਇਦ ਕਿਸੇ ਇੱਕ ਸਰਕਾਰ ਨੇ ਰੱਖਿਆ, ਕੋਈ ਕੇਜਰੀਵਾਲ ਦੁਆਲੇ ਆ ਅਤੇ ਕੋਈ ਭਾਜਪਾ ਦੇ ਦੁਆਲੇ ਆ, ਅਸੀਂ ਇਹ ਕਹਿੰਦੇ ਇਹਨਾਂ ਦੋਵਾਂ ਦੇ ਦੁਆਲੇ ਆਉਣ ਦੀ ਜ਼ਰੂਰਤ ਆ। ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੈ ਨਾ ਡੱਕੀ,
ਉਹਦੇ ਵਿੱਚ ਭਾਜਪਾ ਵਾਲਿਆਂ ਨੇ ਕਹਿਤਾ ਜੀ ਆਮ ਆਦਮੀ ਪਾਰਟੀ ਵਾਲਿਆਂ ਡੱਕਦੀ, ਆਮ ਆਦਮੀ ਪਾਰਟੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਜੀ ਨਹੀਂ ਸਾਡੇ ਨੁਮਾਇੰਦਿਆਂ ਹਾਂ ਕੀਤੀ ਉਹਨੇ ਡੱਕਦੀ। ਸਾਡੇ ਲਈ ਕੋਈ ਮਾਇਨੇ ਨਹੀਂ ਰਖਾਉਂਦਾ ਇਹਨਾਂ 'ਚੋਂ ਕਿੰਨੇ ਡੱਕੀ ਕਿੰਨੇ ਨਹੀਂ ਡੱਕੀ। ਸਾਡੇ ਲਈ ਸਿਰਫ ਇੱਕ ਗੱਲ ਜਿਹੜੀ ਸਾਨੂੰ ਸਮਝ ਲੈਣੀ ਚਾਹੀਦੀ ਉਹ ਇਹ ਆ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹਿੰਦੁਸਤਾਨ ਨੇ ਡੱਕੀ ਆ, ਹਿੰਦੂ ਤਵੀ ਸਰਕਾਰ ਨੇ ਡੱਕੀ ਆ, ਤੇ ਭਾਜਪਾ ਦੇ ਆਪ ਇੱਕੋ ਸਿੱਕੇ ਦੇ ਦੋਵੇਂ ਪਹਿਲੂ ਨੇ, ਇਹ ਦੋਵੇਂ ਹਿੰਦੂ ਤਵੀ ਨੇ। ਸੋ ਇਹਨਾਂ ਨੂੰ ਗੱਲਾਂ ਨੂੰ ਨਿੱਕੀਆਂ ਨਾ ਕਰਿਆ ਕਰੋ ਵੀ ਉਹਨੇ ਡੱਕ ਲਈ ਉਹਨੇ ਡੱਕ ਲਈ। ਇਹ ਸਿਰਫ ਜੇ ਡੱਕੀ ਆ ਤੇ ਇੰਡੀਆ ਨੇ ਡੱਕੀ ਆ ਤੇ ਹਿੰਦੁਤਵੀ ਸਰਕਾਰ ਨੇ ਡੱਕੀ ਆ। ਸੋ ਸਾਡੇ ਲੋਕਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਦੇ ਵਿੱਚ ਰੱਖਿਆ ਆ। ਦੂਸਰੀ ਬੇਇਨਸਾਫੀ ਜਿਹੜੀ ਇਹਨਾਂ ਨੇ ਕੀਤੀ ਉਹ ਕਿ ਸਾਡੇ ਲੋਕ ਸਾਡੇ ਯੋਧੇ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ ਚਾਹੇ ਉਹ ਇਸ ਧਰਤੀ ਦੇ ਨੇ ਤੇ ਚਾਹੇ ਵਿਦੇਸ਼ਾਂ ਦੇ ਵਿੱਚ ਨੇ, ਉਹਨਾਂ ਨੂੰ ਇਹਨਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਰਿਆ, ਸ਼ਹੀਦ ਕੀਤਾ ਉਹਨਾਂ ਨੂੰ। ਉਹਦੇ ਵਿੱਚ ਚਾਹੇ ਭਾਈ ਪਰਮਜੀਤ ਸਿੰਘ ਪੰਜਵਾੜਿਆ, ਚਾਹੇ ਭਾਈ ਨਿੱਜਰਿਆ, ਤੇ ਚਾਹੇ ਯੂਕੇ ਦੀ ਧਰਤੀ ਦੇ ਉੱਤੇ ਭੇਦ ਭਰੇ ਹਾਲਾਤ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਦਾ ਜਿਹੜਾ ਕਤਲ ਕੀਤਾ ਗਾ, ਇਹਨਾਂ ਸਾਰਿਆਂ ਦੀ ਸ਼ਕਰੀ ਸੂਈ ਜਿਹੜੀ ਆ ਉਹ ਸਿਰਫ ਤੇ ਸਿਰਫ ਇੰਡੀਆ ਦੀ ਡੀਪ ਸਟੇਟ ਦੇ ਉੱਤੇ ਜਾਂਦੀ, ਇੰਡੀਆ ਦੀ ਏਜੰਸੀਆਂ ਦੇ ਉੱਤੇ ਜਾਂਦੀ ਆ। ਔਰ ਲੋਕੀ ਕਹਿ ਦਿੰਦੇ ਯਾਰ ਸੰਵਿਧਾਨ ਨੇ ਜਾ ਕੇ ਗੋਲੀ ਥੋੜੀ ਮਾਰਤੀ ਆ ਤੇ ਤੁਸੀਂ ਸੰਵਿਧਾਨ ਵਾਲੇ ਦਿਨ ਨੂੰ ਕਾਹਨੂੰ ਕੱਟਣ ਬਹਿ ਗਏ ਹੋ। ਉਹ ਗੋਲੀ ਮਾਰਨ ਵਾਲੇ ਨੂੰ ਜੇ ਕਿਸੇ ਨੇ ਤਾਕਤ ਦਿੱਤੀ ਆ ਤਾਂ ਇੰਡੀਆ ਦਾ ਸੰਵਿਧਾਨ ਆ। ਸੋ ਅਸੀਂ ਉਹਨੂੰ ਫੜਨਾ ਹੈ ਜਿਹਨੇ ਤਾਕਤ ਦਿੱਤੀ ਆ, ਤੇ ਤਾਕਤ ਕਿਹਨੇ ਦਿੱਤੀ? ਇੰਡੀਆ ਦੇ ਸੰਵਿਧਾਨ ਨੇ। ਸੋ ਸਾਡੇ ਪਾਣੀ ਲੁੱਟ ਲਏ, ਸਾਡੀ ਬੋਲੀ ਲੁੱਟ ਲਈ, ਸਾਡੇ ਲੋਕ ਇਹਨਾਂ ਜੇਲ੍ਹਾਂ ਦੇ ਵਿੱਚ ਦੱਬਤੇ, ਜਿਹੜੇ ਜਿਉਂਦੇ ਸੀ ਉਹਨਾਂ ਨੂੰ ਮਾਰਨਾ ਸ਼ੁਰੂ ਕਰਤਾ। ਔਰ ਇੱਥੋਂ ਤੱਕ ਕਿ ਇੰਡੀਆ ਦਾ ਹੋਮ ਮਿਨਿਸਟਰ ਹੁਣ ਜਿਹੜਾ ਆ ਉਹ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਸੰਵਿਧਾਨ ਦਾ ਆਸਰਾ ਲੈ ਕੇ ਤੇ ਸਾਡੇ ਯੋਧਿਆਂ ਨੂੰ ਤੇ ਗੈਂਗਸਟਰਾਂ ਨੂੰ ਰਲ ਗੱਡ ਕਰ ਰਿਹਾ ਹੈ। ਔਰ ਉੱਥੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਡੱਕ ਰਿਹਾ ਆ, ਅੜਿੱਕਾ ਬਣ ਰਿਹਾ ਉਹਦੇ ਵਿੱਚ। ਉਹ ਕੌਣ ਆ? ਇੱਕ ਹੋਮ ਮਿਨਿਸਟਰ ਕੌਣ ਆ? ਉਹ ਆ ਜਿਹਨੇ ਇੰਡੀਆ ਦਾ ਸੰਵਿਧਾਨ ਲਾਗੂ ਕਰਨਾ ਆ, ਤੇ ਸੰਵਿਧਾਨ ਹੀ ਇਹਨਾਂ ਨੂੰ ਤਾਕਤ ਦਿੰਦਾ ਹੈ। ਜਿੰਨੇ ਸਟੇਟ ਕੰਮ ਕਰਦੀ ਆ ਨਾ, ਚਾਹੇ ਉਹ ਗੈਰ ਕਾਨੂੰਨੀ ਹੋਵੇ, ਉਹਨਾਂ ਨੂੰ ਪਹਿਲਾਂ ਕਾਨੂੰਨ ਦੀ ਪ੍ਰਕਿਰਿਆ 'ਚ ਲਿਆਉਂਦੀ, ਪਹਿਲਾਂ ਕਾਨੂੰਨੀ ਪ੍ਰਕਿਰਿਆ 'ਚ ਲਿਆ ਕੇ ਫਿਰ ਉਹ ਕੰਮ ਕਰਦੀ ਆ। ਤੇ ਸਾਡੇ ਲੋਕ ਸੋਚਦੇ ਸ਼ਾਇਦ ਉਹਨਾਂ ਗੈਰ ਕਾਨੂੰਨੀ ਕੰਮ ਕੀਤੇ, ਨਹੀਂ ਉਹ ਆਪਣੇ ਹਿਸਾਬ ਨਾਲ ਕਾਨੂੰਨੀ ਕਰਦੇ ਆ। ਪਰ ਜਿਹੜੀ ਗੱਲ ਇੱਥੇ ਕਹਿਣ ਨਹੀਂ ਚਾਹੁੰਦਾ ਮੈਂ ਸਿਰਫ, ਉਹ ਇਹ ਆ ਕਿ ਇਹਨਾਂ ਸਾਰੇ ਬੰਦਿਆਂ ਨੂੰ ਤਾਕਤ ਭਾਰਤੀ ਸੰਵਿਧਾਨ ਦਿੰਦਾ ਆ, ਔਰ ਅਸੀਂ ਇਸ ਸੰਵਿਧਾਨ ਨੇ ਜਿਹਦੇ ਵਿੱਚ ਸਾਡੀ ਪਹਿਚਾਣ ਨਹੀਂ, ਜਿਹਦੇ ਵਿੱਚ ਸਾਡਾ ਕੋਈ ਅਧਿਕਾਰ ਹੀ ਨਹੀਂ, ਤੇ ਯਾਰ ਉਹੋ ਜਿਹੇ ਸੰਵਿਧਾਨ ਨੂੰ ਅਸੀਂ ਚੱਟਣਾ ਆ। ਸਾਡੇ ਲਈ ਇਹ ਸੰਵਿਧਾਨ ਕੋਈ ਮਾਇਨੇ ਨਹੀਂ ਰਖਾਉਂਦਾ। ਤੇ ਜਿਹੜੇ ਸਾਡੇ ਭਰਾ ਜਿਨ੍ਹਾਂ ਨੂੰ ਇੱਥੇ ਦਾ ਦਲਿਤ ਵਰਗ ਕਿਹਾ ਜਾਂਦਾ, ਉਹਨਾਂ ਨੂੰ ਇੱਕ ਲੋਲੀਪੋਪ ਦਿੱਤਾ ਜਾਂਦਾ, ਅੰਬੇਦਕਰ ਸਾਹਿਬ ਨੇ ਲਿਖਿਆ ਸੀ। ਉਹ ਯਾਰ ਲਿਖਿਆ ਜਿੰਨੇ ਮਰਜ਼ੀ ਹੋਵੇ, ਜਦੋਂ ਉਹਦੇ ਵਿੱਚ ਸਾਡੇ ਹੱਕ ਦੀ ਗੱਲ ਹੀ ਕੋਈ ਨਹੀਂ, ਤੇ ਦੱਸੋ ਅਸੀਂ ਉਹਨੂੰ ਸਿਰ ਤੇ ਚੁੱਕੀ ਫਿਰੀਏ? ਸੋ ਸਾਡੇ ਵਾਸਤੇ ਸੰਵਿਧਾਨ ਕੋਈ ਮਾਇਨੇ ਨਹੀਂ ਰਖਾਉਂਦਾ। ਇੱਕ ਗੱਲ ਜਿਹੜੀ ਮੈਂ ਇੱਥੇ ਕਰਨੀ ਚਾਹੁੰਦਾ ਹੋਰ ਇਹ ਆ ਕਿ ਬੰਦੀ ਸਿੰਘਾਂ ਦੇ ਮਸਲਿਆਂ 'ਚ ਜਦੋਂ ਆਪਾਂ ਬਠਿੰਡੇ ਪ੍ਰੋਗਰਾਮ ਕੀਤਾ ਨਾ, ਸ਼ਾਇਦ ਜਿਹੜੇ ਤੁਹਾਡੇ 'ਚੋਂ ਨੌਜਵਾਨ ਉੱਥੇ ਆਉਣ, ਉਹਨਾਂ ਨੇ ਮੈਂ ਇਹ ਗੱਲ ਕਹੀ ਸੀ ਕਿ ਜਿਹੜੇ ਸਾਡੇ ਸਿੰਘ ਸ਼ਹੀਦ ਕੀਤੇ ਨੇ ਉਹਦੇ 'ਚ ਮੈਂ ਇੱਕ ਬੰਦੇ ਦੀ ਫੋਟੋ ਫੜੀ ਸੀ ਉਸ ਸਮੇਂ ਦੇ ਰੌ ਦੇ ਚੀਫ ਦੀ, ਵੀ ਇਹਨੇ ਕੀਤੇ ਨੇ। ਅੱਜ ਵੀ ਮੇਰੇ ਹੱਥ ਦੇ ਵਿੱਚ ਆ ਇੱਕ ਫੋਟੋਆਂ ਨੇ ਦੋ, ਇਹਨਾਂ ਦੇ ਬਾਰੇ ਮੈਂ 2 ਮਿੰਟ ਤੁਹਾਡੇ ਨਾਲ ਜਿਹੜੀ ਗੱਲ ਜਿਹੜੀ ਉਹ ਕਰਨੀ ਚਾਹੁੰਦਾ ਹਾਂ। ਜਿਹੜਾ ਇੰਡੀਆ ਦਾ ਸਿਸਟਮ ਆ ਨਾ, ਲੜਾਈ ਸਾਡੀ ਸਿਸਟਮ ਨਾਲ ਹੀ ਆ, ਲੜਾਈ ਇੰਡੀਆ ਦੇ ਨਾਲ ਆ। ਕੋਈ ਹੁਣ ਇਹ ਨਾ ਸੋਚੇ ਮੈਂ ਲੜਾਈ ਨਿੱਕੀ ਲੱਗਾਂਗਾ, ਲੜਾਈ ਸਿਸਟਮ, ਪਰ ਸਿਸਟਮ ਕੀ ਕਰਦਾ ਆ? ਅੱਗੇ ਬੰਦੇ ਚੁਣਦਾ ਆ। ਉਹਨੇ ਇੱਕ ਬੰਦਾ ਚੁਣਿਆ ਨਰਿੰਦਰ ਮੋਦੀ। ਹੁਣ ਨਰਿੰਦਰ ਮੋਦੀ ਦੀ ਪੇਸ਼ਕਾਰੀ ਵੇਖੋ ਤੁਸੀਂ, ਆ ਪਿਛਲੇ ਦਿਨ ਤੁਸੀਂ ਵੇਖਿਆ 22 ਤਰੀਕ ਨੂੰ ਕੀ ਬਣਿਆ। ਨਰਿੰਦਰ ਮੋਦੀ ਨੂੰ ਇੱਕ ਤਰੀਕੇ ਦੇ ਨਾਲ ਇਹਨਾਂ ਨੇ ਰੱਬ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਜਿਹਨੂੰ ਇੰਗਲਿਸ਼ ਦੇ ਸੈਮੀ ਗੋਡ ਕਹਿੰਦੇ ਨਾ। ਇੱਕ ਕਪਤਾਨ ਹੁੰਦਾ, ਇੱਕ ਉਪ ਕਪਤਾਨ ਹੁੰਦਾ, ਇਹਦਾ ਇੱਕ ਰੱਬ ਆ ਨਾ, ਤੇ ਨਰਿੰਦਰ ਮੋਦੀ ਇਹਨਾਂ ਨੇ ਉਪ ਰੱਬ ਬਣਾ ਕੇ ਪੇਸ਼ ਕੀਤਾ ਆ ਵੀ ਵੇਖੋ ਜੀ ਇਹੀ ਆ ਬਸ ਇਸ ਦੁਨੀਆਂ ਦੇ ਉੱਤੇ ਤੇ ਹਿੰਦੂ ਧਰਮ ਦਾ ਰਖਵਾਲਾ। ਸੋ ਇਹ ਕੋਈ ਰਖਵਾਲਾ ਨਹੀਂ ਗਾ, ਕੋਈ ਇਹਦੇ ਵਿੱਚ ਐਵੇਂ ਉਲਝੋ ਨਾ। ਇਸ ਬੰਦੇ ਨੂੰ ਸਿਸਟਮ ਨੇ ਚੁਣਿਆ, ਔਰ ਉਸ ਸਿਸਟਮ ਦੇ ਵਿੱਚ ਉਸ ਬੰਦੇ ਨੇ ਚੁਣੇ ਗਏ ਕਿ 2 ਬੰਦੇ ਚੁਣੇ ਉਹ ਆ ਨੇ। ਇਹ ਨਰਿੰਦਰ ਮੋਦੀ ਦੀਆਂ ਸੱਜੀਆਂ ਤੇ ਖੱਬੀ ਬਾਹ ਆ, ਸੱਜੀ ਨੇ ਖੱਬੀ ਬਾਹ ਨਰਿੰਦਰ ਮੋਦੀ ਦੀ ਇਸ ਸਮੇਂ। ਇੱਕ ਇੰਡੀਆ ਦਾ ਹੋਮ ਮਿਨਿਸਟਰ ਅਮਿਤ ਸ਼ਾਹ ਤੇ ਦੂਸਰਾ ਇੱਥੇ ਦਾ ਸਿਕਿਉਰਿਟੀ ਐਡਵਾਈਜ਼ਰ ਅਜੀਤ ਡਵਾਲ। ਹੁਣ ਬਾਕੀ ਜਿਹੜਾ ਜਿਹਦੀ ਮੈਂ ਬਠਿੰਡੇ ਗੱਲ ਕੀਤੀ ਸੀ ਨਾ, ਉਹ ਅਜੀਤ ਡਵਾਲ ਉਹਨਾਂ ਦੇ ਅੱਗੇ ਥੱਲੇ ਆਉਂਦਾ, ਹੋਮ ਮਿਨਿਸਟਰ ਦੇ ਥੱਲੇ ਆਉਂਦਾ। ਔਰ ਡੈਮੋਕ੍ਰੇਸੀ ਦੇ ਵਿੱਚ ਪ੍ਰੋਟੈਸਟ ਕਰਨ ਦੇ ਬੜੇ ਸੀਮਿਤ ਤਰੀਕੇ ਨੇ। ਇਹਨਾਂ ਬੰਦਿਆਂ ਨੇ, ਇੱਕ ਬੰਦਾ ਜਿਹੜਾ ਆ ਉਹ ਪਾਰਲੀਮੈਂਟ ਦੇ ਵਿੱਚ ਖਲੋ ਕੇ ਬੋਲਦਾ ਬੰਦੀ ਸਿੰਘ ਈਨ ਮੰਨਣ ਤੇ ਫਿਰ ਛੱਡਾਂਗੇ, ਠੀਕ ਹੈ ਜੀ। ਤੇ ਦੂਸਰਾ ਬੰਦਾ ਪਿੱਛੇ ਰਹਿ ਕੇ ਕੰਮ ਕਰਦਾ, ਜਿਹੜੇ ਸਾਡੇ ਯੋਧੇ ਮਾਰੇ ਜਾ ਰਹੇ ਆ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਐਲੀਮੀਨੇਟ ਕੀਤਾ ਜਾ ਰਿਹਾ, ਸਿਕਿਉਰਿਟੀ ਦੇ ਨਾਵਾਂ ਦੇ ਉੱਤੇ ਖਤਮ ਕੀਤਾ ਜਾ ਰਿਹਾ, ਦੂਸਰਾ ਬੰਦਾ ਉਹਨਾਂ ਦੀ ਸਾਰੀ ਟੀਮ ਨੂੰ ਹੈੱਡ ਕਰਦਾ ਆ। ਸੋ ਇਹ ਦੋਵੇਂ ਬੰਦੇ ਜ਼ਿੰਮੇਵਾਰ ਨੇ ਜਿਹੜੇ ਸਾਡੇ ਬਣੇ ਹੋਏ ਹਾਲਾਤ ਨੇ। ਔਰ ਇਹਨਾਂ ਬਣੇ ਹੋਏ ਹਾਲਾਤਾਂ ਦੇ ਵਿੱਚ ਇਹਨਾਂ ਬੰਦਿਆਂ ਨੂੰ ਸਾਡੇ ਕਿਸੇ ਅਧਿਕਾਰ ਦੀ ਕਦਰ ਨਹੀਂ, ਇਹਨਾਂ ਬੰਦਿਆਂ ਨੂੰ ਸਾਡੇ ਕਿਸੇ ਦੀ ਜਾਨ ਦੀ ਕਦਰ ਨਹੀਂ, ਇਹਨਾਂ ਬੰਦਿਆਂ ਨੂੰ ਸਾਡੇ ਬੰਦੀ ਸਿੰਘਾਂ ਦੀ ਕਦਰ ਨਹੀਂ, ਤੇ ਜਿਹੜੇ ਬੰਦਿਆਂ ਨੂੰ
ਸਾਡੀ ਕਦਰ ਨਹੀਂ, ਸਾਡੇ ਹੱਕਾਂ ਦੀ ਕਦਰ ਨਹੀਂ, ਸਾਡੇ ਬੰਦੀ ਸਿੰਘਾਂ ਦੀ ਕਦਰ ਨਹੀਂ, ਤੇ ਇੱਥੋਂ ਤੱਕ ਕਿ ਸਾਡੀਆਂ ਜਾਨਾਂ ਦੀ ਕਦਰ ਨਹੀਂ ਨਾ, ਉਹਨਾਂ ਦੀ ਕਦਰ ਸਾਨੂੰ ਨਹੀਂ ਹੈਗੀ। ਸੋ ਆਪਣਾ ਇੱਕ ਪ੍ਰੋਟੈਸਟ ਦਾਇਰ ਜਿਹੜਾ ਮੈਂ ਜ਼ਰੂਰ ਇਹਨਾਂ ਦੇ ਖਿਲਾਫ ਕਰਨਾ ਚਾਹੁੰਦਾ ਹਾਂ। ਡੈਮੋਕ੍ਰੇਸੀ ਦੇ ਵਿੱਚ ਬੜੇ ਲਿਮਿਟਡ ਜਿਹੇ ਤਰੀਕੇ ਹੁੰਦੇ ਆ, ਉਹਨਾਂ 'ਚੋਂ ਇੱਕ ਤਰੀਕਾ ਆ ਉਹ ਜਿਹੜਾ ਮੈਂ ਤੁਹਾਡੇ ਨਾਲ ਜ਼ਰੂਰ ਇੱਥੇ ਜਿਹੜਾ ਕਰਨਾ ਚਾਹੁੰਦਾ। ਆ ਵੀਰੇ, ਮੇਰੀ ਵੀਰ ਜਿਹੜੇ ਆ ਕੇ ਬੈਠੇ ਨੇ, ਮਾੜਾ ਜਿਹਾ ਪਰੇ ਹੋ ਜਾਓ ਭਾਜੀ। ਆਇਆ ਜੇ ਇਹਨਾਂ ਦੀ ਕਦਰ ਨਹੀਂ ਨਾ ਕੋਈ ਇਹਨਾਂ ਦੀ ਨਜ਼ਰ 'ਚ, ਤੇ ਕਦਰ ਇਹਨਾਂ ਦੀ ਸਾਨੂੰ ਵੀ ਕੋਈ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।